ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਤੋਂ ਰਾਤ ਅਰਬਪਤੀ ਬਣਿਆ ਕਿਸਾਨ ਬੰਦੇ ਦੇ ਖਾਤੇ ਵਿੱਚ ਆਏ 99 ਅਰਬ ਰੁਪਏ ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ ਮਾਮਲਾ ਯੂਪੀ ਦੇ ਪਦੋਹੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਅਚਾਨਕ ਇੱਕ ਕਿਸਾਨ ਦੇ ਬੰਦ ਖਾਤੇ ਵਿੱਚ ਅਰਬ ਰੁਪਏ ਆ ਗਏ ਜਿਵੇਂ ਹੀ ਕਿਸਾਨ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਿਆ ਪਹਿਲਾਂ ਤਾਂ ਉਸ ਨੂੰ ਇਸ ਸਾਰੀ ਗੱਲਬਾਤ ਦੇ ਉੱਤੇ ਯਕੀਨ ਹੀ ਨਹੀਂ ਆਇਆ ਉਸ ਦਾ ਪਰਿਵਾਰ ਵੀ ਇਸ ਗੱਲ ਤੇ ਵਿਸ਼ਵਾਸ ਕਰਨ ਦੇ ਲਈ ਤਿਆਰ ਨਹੀਂ ਸੀ ਪਰ ਜਿਵੇਂ ਹੀ ਇਸ ਦਾ ਮੈਸੇਜ ਆਇਆ ਤਾਂ ਉਹ ਸਾਰੇ 당 ਰਹਿ ਗਏ ਪਹਿਲਾਂ ਤਾਂ ਮੋਬਾਈਲ ਤੇ ਆਏ ਮੈਸੇਜ ਨੂੰ ਉਹਨਾਂ ਨੇ ਸੀਰੀਅਸ ਨਹੀਂ ਲਿਆ ਉਹਨਾਂ ਨੂੰ ਕੋਈ ਸਮਝ ਨਹੀਂ ਲੱਗੀ ਫਿਰ ਉਸਦੇ ਮੋਬਾਈਲ ਤੇ ਸੁਨੇਹਾ ਕਿਸੇ ਹੋਰ ਵਿਅਕਤੀ ਨੂੰ ਪੜਨ ਲਈ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਖਾਤੇ ਵਿੱਚ ਬਹੁਤ ਸਾਰੇ ਪੈਸੇ ਜਮ੍ਹਾਂ ਹੋਏ ਨੇ ਜਿਸ ਤੋਂ ਬਾਅਦ ਕਿਸਾਨ ਬੈਂਕ ਪਹੁੰਚਿਆ ਤੇ ਬੈਂਕ ਮੁਲਾਜ਼ਮਾ ਨੂੰ ਸਾਰੀ ਗੱਲ ਕਹੀ ਤੇ ਮੁਲਾਜ਼ਮਾ ਨੇ ਉਸਦਾ ਖਾਤਾ ਚੈੱਕ ਕੀਤਾ ਉਹ ਵੀ ਹੈਰਾਨ ਰਹਿ ਗਏ ਉਹਨਾਂ ਨੇ ਕਿਹਾ ਕਿ ਇਹ ਪੈਸੇ ਗਲਤੀ ਦੇ ਨਾਲ ਸਾਂਝੇ ਆ ਗਏ ਹਨ